ਸ਼ਹਿਰ ਤੇਰੇ ਭਾਵੇਂ ਸਾਡਾ ਨਾਮ ਪੁੱਛ ਨਾ ਚੱਲਦਾ ਏ ਟੋਪ ਉੱਤੇ ਤੇਰਾ ਯਾਰ ਉਤੋਂ ਮੋਢੇ ਨਾਲ ਮੋਢਾ ਜੋੜ ਖੜੇ ਯਾਰ ਬੇ ਕੀ ਹਾਲ ਚਾਲ ਨੇ ਸਵਾਗਤ ਹੈ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ 'ਚ ਅਤੇ ਅੱਜ ਮੁੰਡੇ ਕਹਿੰਦੇ ਚਾਰ ਦੀ ਤਿਆਰੀ ਆ ਇੱਧਰ ਅੱਗੇ ਭਜਨ ਵਜਨ ਤਰਲੇ ਇਹਦੇ ਪਿੱਛੇ ਬਾ ਬਹੁਤ ਆ ਬੇਟੇ ਜੀ ਤਰਲੇ ਅਤੇ ਸਾਨੂੰ ਦਿਖਾਉਣੇ ਆ ਕੈਂਪਰ ਕੁੰਪਰ ਮੰਗਾਏ ਵੇ ਆ ਇੱਦੂ ਬਾਅਦ ਆਉਂਦਾ ਸਹਿਲ ਪਾਉਣ ਚਾਰ ਫਿਰ ਦਿਖਾਉਣੇ ਆ ਸਾਨੂੰ ਵੀ ਕੀ ਮਾਹੌਲ ਬਣਦਾ ਹਾਂਜੀ ਬਾਬਿਓ ਸੈਲੀ ਨੇ ਤਾਂ ਕੰਮ ਕੱਢਤਾ ਸੀ ਕਹਿੰਦਾ ਲੇਬਰ ਭੱਜ ਗਈ ਫਿਰ ਹਾਰ ਕੇ ਰਿਸ਼ਤੇਦਾਰੀ 'ਚੋਂ ਗਰੈਂਡਰ ਮੰਗਾਇਆ ਥੋੜ੍ਹੇ ਜਿਹੇ ਕਰਨੇ ਸੀ ਤਾਂ ਹੀ ਹੋ ਰਹੇ ਜੇ ਫਿਰ ਦਿਖਾਉਣੇ ਸਾਨੂੰ ਸਾਡੇ ਲੈ ਸੈਲੀ ਤਾਂ ਕੱਢ ਗਿਆ ਹੀ ਕੁੱਲਾ ਠੀਕ ਆ ਪ੍ਰੋਸੈਸ ਇਹਦੀ ਵਧੀਆ ਪੂਰਾ ਜਗਾੜ ਦਾਤੀਆਂ ਨਾਲੋਂ ਦੇਖਦੇ ਆਪ ਬਹਿਣੇ ਥੋੜ੍ਹਾ ਜਿਹਾ ਬੰਦਾ ਕੱਚਾ ਟਰੈਕਟਰ ਸੋਨਾ ਲੀਕਾ ਦਾ ਘਰੀ ਲਾਏ ਦੂਜੇ ਟਰੈਕਟਰ ਉਹ ਖੜੇ ਆ ਗਾ ਮੌਸਮ ਬਹੁਤ ਘੈਂਟ ਆ ਸਾਨੂੰ ਐਂ ਸੀ ਆਹ ਮੱਕੀ ਸੁੱਕਣ ਲੱਗ ਗਈ ਯਾਰੇ ਪਾਣੀ ਖੜਾ ਰਿਹਾ ਇਹ 'ਚ ਹੁਣ ਮੀਂਹ ਆ ਫੇਰ ਦਿਖਾਉਂਦੇ ਵੀ ਪਹਿਲਾਂ ਉਦੋਂ ਨਿਬੇੜ ਦੀ ਹੈ ਕੰਮ ਤਾਂ ਹੀ ਆਹ ਚੱਕਦੀ ਹੈ ਕੰਮ ਨੂੰ ਕਿਹੜਾ ਨਿਬੇੜ ਦੀ ਆ ਆਹ ਫੇਰ ਦਿਖਾਉਣੇ ਤੁਹਾਨੂੰ ਵੀ ਕੀ ਬਣਦਾ ਬਣਾਉਂਦਾ ਮਾਹੌਲ ਚਾਲ ਬਾਬੇ ਉਹ ਡੈਡੀ ਵੇਲੇ ਅੱਛੀ ਚਾਰਜ ਆ ਪਵਾਇਆ ਕਿਹੜਾ ਆਪਣੇ ਵੀ ਆ ਗਿਆ ਅਤੇ ਦੂਜਾ ਟਰੈਕਟਰ ਉਹ ਆਪਣੇ ਆਪ 55 ਹੋ ਜਾਂਦਾ ਸੋਨਾ ਲੀਕਾ ਘਰੀ ਵਾਲਾ ਤੜਨ ਨੂੰ ਦਿਖਾਉਣੇ ਮਤਲਬ ਮੂਹਰੇ ਗਰੈਂਡਰ ਵਾਲਾ ਜਾਂਦਾ ਚੌਂਡੀ ਯਾਰ ਆ ਕੇ ਖੇਤ ਨਿਬੇੜ ਕੇ ਖੜਾਉਂਦੇ ਮੁੰਡੇ ਕਹਿੰਦੇ ਇਹ ਕਰਦੇ ਨਹੀਂ ਕੱਢਦੇ ਨਹੀਂ ਆਹ 55 ਕਰੋ ਚੈੱਕ ਪਛਾਣ ਹੀ ਲਿਖਤਾ ਹੋਣਾ ਤੁਸੀਂ ਦੱਸਣ ਦੀ ਲੋੜ ਹੀ ਚੱਲਦੇ ਹੁਣ ਖੇਤ ਜਾ ਕੇ ਦਿਖਾਉਣੇ ਆ ਉਹਨੂੰ ਪਹਿਲਾਂ ਉਹ ਵੱਢ ਗਏ ਸੀ ਆਪਾਂ ਇਸ ਤੋਂ ਬਾਅਦ ਲੋਕ ਜਿਹਾ ਟੁੱਟ ਗਿਆ ਜੀ ਮੈਨੂੰ ਜਾਣਾ ਪੈ ਗਿਆ ਚਾਰ ਜਿਹਾ ਪਾਉਣ ਅਤੇ ਉਹ ਲੋਕ ਜਿਹੇ ਨਾਲ ਉਹ ਉਹਦੇ ਨਾਲ ਬਹੁਤ ਘੈਂਟ ਵੱਢਿਆ ਗਿਆ ਕਿਹੜਾ ਜਗਾੜ ਸੋਨੂੰ ਦਿਖਾਇਆ ਸੀਗਾ ਇਸ ਤੋਂ ਬਾਅਦ ਆਪਣੇ ਵਾਲੇ ਆਹ 55 ਮਗਰ ਪਾ ਲਿਆ ਸੀ ਤਾਂ ਕਰਕੇ ਉਹ ਮਹਿੰਦਰੇ ਜੇ ਅਤੇ ਥੋੜ੍ਹਾ ਜਿਹਾ ਉਹ ਸਿੰਗਲ ਕਲੱਚ ਸੀ ਮਹਿੰਦਰਾ ਸੈੱਟ ਨਹੀਂ ਹੈ ਰਾਹ ਆਪਣੇ ਸੁਪਰਾਜ ਮਗਰ ਪਾ ਲਿਆ ਸੀ ਇਹਦੇ ਨਾਲ ਵੱਟਿਆ ਸਾਰੇ ਹੋ ਰਹੇ ਜੇ ਸੈੱਟਾਂ ਤੋਂ ਚੱਲਦੇ ਹੁਣ ਦਿਖਾਉਣੇ ਉਹਨੂੰ ਕੀ ਮਾਹੌਲ ਚਾਲ ਬਣਦਾ ਪਤਾ ਕਹਿੰਦੇ ਮੁੰਡੇ ਨੇ ਖਾਲ 10 ਮਿੰਟਾਂ 'ਚ ਆਉਂਦਾ ਇੱਕ ਸਪੀਡ ਚੈੱਕ ਕਰਾਈ ਮੜੀ ਬਾਜੀ ਚਾਲ ਵਧਾਵੇ ਕਦੇ ਕਦੇ ਪਾਣੀ ਫਿਰਦਾ ਹੋਵੇ ਗੋਡੇ ਗੋਡੇ ਰਾਤ ਨੂੰ ਖੜਾਵਾਂਗੇ ਪਾ ਕੇ ਖੜਾਵਾਂਗੇ ਹੁਣ ਤਾਂ ਇਦੂ ਬਾਅਦ ਤਾਂ ਫਿਰ ਕੱਦੂ ਹੀ ਸੁੱਕਣ ਲੱਗ ਗਈ ਤਾਂ ਤੂੰ ਟੋਕੇ ਲਈ ਜਾਂਦੇ ਆਹਾ ਉਧਰ ਕੱਢ ਦੋ ਔਖਾ ਹੀ ਹੁੰਦਾ ਕੰਮ ਮੱਕੀ ਦਾ ਵੀ ਉਧਰ ਕੱਢਦਾ ਨੇ ਅੱਛਾ ਉਹ ਹਾ ਵੀ ਆਪਣੀ ਜਿਹੜੀ ਆ ਨਾਲ ਇੱਕ ਤਾਂ ਮੱਕ ਵਾਲਾ ਬੀਜ ਲਿਆ ਮਤਲਬ ਟਰੈਕਟਰ ਮਗਰ ਪਾਉਣਗੇ ਟਰਾਲੀ ਹੁਣ ਨਾ ਉਹ ਤਾਂ ਰੂਟਾ ਵੀਟਰ ਵਾਲਾ ਲੈ ਕੇ ਦਿੰਦੇ ਆ ਸਾਈਡਾਂ ਤੇ ਰੂਟਾ ਵੀਟਰ ਦੇ ਗੇੜੇ ਮੈਨੂੰ ਲੱਗਦਾ ਖੇਤ ਫਸਾਉਣਗੇ ਕਹਿੰਦੇ ਘਰੇ ਤਾਂ ਅਸੀਂ ਆਪੀ ਲਾਤੜ ਲਾਂਗੇ
ਦਿੰਦੇ ਗੇੜੇ ਗੂੜੇ ਫਿਰ ਰੁਟਾ ਵੀਟਰ ਦੇ ਵਧੀਆ ਕਿਹੜਾ ਨਿਬੇੜ ਦੀਏ ਕੰਮ ਆਮ ਔਖਾ ਮੱਕੀ ਵਾਲਾ ਝੋਟੀ ਰਾਟ ਹੀ ਕਹਿੰਦਾ ਝੋਟੀ ਰਾਟ ਕਹਿੰਦੇ ਪੰਜਾਬੀ 'ਚ ਲੈ ਗਿਆ ਚਾਚਾ ਕਿੱਥੇ ਹਟਦਾ ਚੁੱਪੜਾ ਕਿੱਥੇ ਹਟਦਾ ਗਿਆ ਪਚਵੰਜਾ ਕਹਿੰਦੇ ਆ ਇੱਧਰ ਵੀ ਪਚਵੰਜਾ ਹੀ ਅੱਜ ਗਰੱਪ ਵਾਲੇ ਲੈ ਗਿਆ ਪਚਵੰਜਾ ਪਚਵੰਜਾ ਬਾਬਾ ਮੇਰ ਕਰੇ ਪਹਿਲੀ ਗਾਲੀ ਭਰਨ ਵਾਲੀ ਆ ਬਸ ਗੇੜੇ ਗੁੜੇ ਜਾ ਕਦੋਂ ਸਿੱਧਾ ਚੱਲ ਪਿਆ ਕੰਮ ਫਿਰ ਆਹ ਚੱਕੀ ਫਿਰੂ ਕੰਮ ਦੋ ਕਹਿੰਦੇ ਅਸੀਂ ਚਾਰ ਲਾਤੜਾਂਗੇ ਘਰੀ ਆ ਉਹ ਡੈਡੀ ਅਰਗੀ ਲਾਤੜਨਗੇ ਉਹਦੇ ਨਾਲ ਉਹਦਾ ਖੇਤ ਕੱਢਿਆ ਹੋਇਆ ਅੱਜ ਧੱਕਾ ਹੋ ਰਿਹਾ ਗੇੜਾ ਬਸ ਆਹ ਗੇੜੇ ਪਿੱਛੇ ਲੱਗ ਕੇ ਨਾ ਉਦੋਂ ਬਾਅਦ ਸਿੱਧੇ ਬਰੋਬਰ ਬਰੋਬਰ ਆਹ ਗੇੜੇ ਤਾਂ ਬਰੋਬਰ ਬਰੋਬਰ ਹੀ ਹੈਗੀ ਆ ਅਤੇ ਗੇੜੇ ਵੀ ਲਾ ਤੇ ਆਪਾਂ ਆ ਖੜੀਏ ਟਰਾਲੀ ਇੱਕ ਬਾਜੀ ਹੋ ਜਾਂਦੀ ਆ ਬਾਬਾ ਇਹ ਤਾਂ ਪਿੰਡ ਕੋਲ ਹੀ ਆਪਣਾ ਐਡਾ ਕੋਈ ਲੋੜ ਨਹੀਂ ਪਰ ਆਹ ਤੀਜੀ ਟਰਾਲੀ ਦੋ ਹੋਰੇ ਵਾਲੇ ਕਰਕੇ ਆ ਸਿੰਗਲ ਹੋਰੇ ਵਾਲੇ ਤਾਂ ਕੋਈ ਚੱਕਰ ਨਹੀਂ ਸੀ ਦੋ ਟਰਾਲੀਆਂ ਡੰਗ ਲਾ ਨਹੀਂ ਜਾਂਦਾ ਪਚਵੰਜਾ ਆਪਣਾ ਗਰੀਬਾਂ ਨੂੰ ਦਿੱਤਾ ਨਹੀਂ ਅਤੇ ਬਸ ਹੁਣ ਦਿਖਾਉਣੇ ਰਾਤ ਰੂਤ ਨੂੰ ਬੰਨ ਦਾ ਮਾਹੌਲ ਜਿਹਾ ਕੋਈ ਮਾੜਾ ਜਿਹਾ ਇਹਦਾ ਥੋੜ੍ਹਾ ਦਿਨ ਖੜਾ ਲੜੀ ਜਾਂਦਾ ਕੰਮ ਬੰਦੇ ਦੋ ਤਰਗੇ ਲੱਤੜੀ ਜਾਂਦੇ ਆ ਕਹਿੰਦੇ ਸਟੈਂਡਰਡ ਖੜਾ ਆਪਣਾ ਫਾਰਮ ਅਤੇ ਉਹ ਸਵਰਾਜ ਆਪਣਾ ਉਹ ਖੜਾ ਸਵਰਾਜ ਪਿੱਛੇ ਆਉਂਦਾ ਅਤੇ ਮਸ਼ੀਨ ਵੀ ਲੱਗਦਾ ਚਾਰ ਪੋਣ ਦਾ ਨੀ ਗਰੁੱਪ ਗੇਅਰ ਤੋੜੂ ਹੈ ਕਿ ਉਦੋਂ ਕਿਹੜੇ ਹਿਸਾਬ ਨਾਲ ਪੈਂਦਾ ਜਾ ਰਸੋਣ ਵਾਲੀ ਇਹਨੂੰ ਬ੍ਰਾਂਡ ਆ ਜਾਂਦੇ ਆ ਚੋ ਸਟੰਟ ਉਹਦਾ ਗਰੁੱਪ ਯਾਰ ਸਟੰਟ ਵਾਲੇ ਸੀਲਿੰਗ ਦੇਖੋ ਕਿੰਨੀ ਘੈਂਟ ਲੱਗਦੀ ਆ ਪ੍ਰੈਸਰ ਪਾਈ ਜਾਂਦਾ ਹੁਣ ਕਹਿੰਦੇ ਕਹਿੰਦੇ ਅੱਜ ਫੜਾ ਤਾ ਗਰੁੱਪ ਨੂੰ ਸੋਹਣਾ ਲਿਖਿਆ ਕਹਿੰਦੇ ਚੱਲ ਲਾ ਤੜ ਲਾ ਦੁੱਖ ਗੇੜੇ ਇਦੂ ਬਾਅਦ ਖੇਤ ਵਗ ਜੀ ਚੁੱਪ ਕਰਕੇ
ਕਰੋ ਫਿਰ ਤੋਂ ਮਗਰਾੜ ਦੇ ਚੂਲਿਆ ਕੁਛ ਇਸ ਤੋਂ ਬਾਅਦ ਖੂਨ ਦੀ ਸੱਟ ਦੀ ਜੂਮੇ ਕੇ ਮੁੱਕ ਜੀ ਨੂੰ ਤੁਹਾਨੂੰ ਬਿਠਾ ਦਿੰਦੇ ਜੂਮੇ ਕਰਕੇ ਪ੍ਰਧਾਨ ਸਾਹਿਬ ਨੂੰ ਨਹੀਂ ਫਿਰ ਪਿਆ ਦੂਜੇ ਟੋਏ ਦਾ ਜੇ ਪਾਏ ਨਹੀਂ ਇਹਨੂੰ ਤਾਂ ਬੰਦ ਕਰ ਦਈਏ ਆਪਾਂ ਚੱਲੀ ਜਾਂਦਾ ਕੰਮ ਕਹਿੰਦੇ ਜੋੜਾ ਤੋੜਾ ਤੇ ਇੱਧਰ ਮੁੰਡੇ ਤੋਂ ਪੱਕੇ ਲਾਈ ਆਉਂਦੀ ਹੈ ਟਰਾਲੀ ਟਰੁਲੀ ਫਿਰ ਦਿਖਾਉਣੇ ਉੱਥੇ ਰੇਟ ਪਰ ਰੋਟੀ ਰਾਟੀ ਖਾਣ ਲੱਗ ਗਏ ਖੇਤ ਅਸੀਂ ਵੀ ਰੋਟੀ ਰੋਟੀ ਚੰਗੇ ਗੱਟੂ ਬਾਈ ਉਹ ਲਾ ਦੇਣੇ ਬਾਈ ਪ੍ਰੈਸਰ ਵੀ ਪਾਉਂਦੇ ਫਿਰਦੇ ਆ ਚਬਾ ਕਰਦੇ ਆ ਉਹ ਆ ਕੱਢੀ ਮੁੰਡੇ ਆ ਕਰੀ ਡਾਲਾ ਖਿੱਚ ਹੁਣ ਕੱਢ ਲਾ ਦੋ ਬੰਦੀ ਸਰੀ ਜਾਂਦੇ ਇੱਥੇ ਦੇ ਫੁੱਲ ਧੱਕ ਪਾਈ ਖੇਤ ਨੌ ਦਸ ਬੰਦੇ ਫਿਰਦੇ ਆ ਤੇ ਟਰੈਕਟਰ ਖੁੱਭ ਜਾਂਦੇ ਉੱਥੇ ਵੀ ਚੱਲਦੇ ਆ ਓਏ ਹੁਣ ਤਾਂ ਨੀ ਖੁੱਭਦੇ ਗੱਗੂ ਟਰੈਕਟਰ ਪਹਿਲਾਂ ਰਾਤ ਵਾਲਾ ਝੋਟੀ ਡਾਟ ਪਿਆ ਉੱਥੇ ਰਾਤ ਕੰਮ ਦੇਖਣ ਵਾਲਾ ਯਾਰ ਮਾਹੌਲ ਸੀ ਫੁੱਲ ਰਾਤ ਫੁੱਲ ਕੰਮ ਖਰਾਬ ਸੀ ਜਮਾਂ ਆ ਜਾਓ ਖੜੇ ਜੀ ਫਿਰ ਬਾਬਾ ਤੂੰ ਆਇਆ ਨੀ ਤੇਰੀ ਗਲਤੀ ਆ ਇੱਕ ਚੀਜ਼ ਦਿਖਾਉਣੇ ਡਬਲ ਫਿਲਟਰ ਹੋ ਕੇ ਹਵਾ ਆਉਂਦੀ ਆ ਡਬਲ ਪੱਖਾ ਲੱਗਿਆ ਹੋਇਆ ਕਰੋ ਚੈੱਕ ਚੱਲ ਖੜੇ ਵਾਲੀ ਆ ਚਾਰ ਚੁਰੇ ਫਿਰ ਦਿਖਾਉਣੇ ਲੱਤ ਲੁੱਤ ਡੋਈਏ ਦੇਖਦੇ ਜੇ ਖੇਤ ਕਿਹੜਾ ਵੱਜਿਆ ਹਜੇ ਤਾਂ ਬਹੁਤ ਪਿਆ ਦੂਜਾ ਟੋਆ ਹੀ ਭਰਨਾ ਹੱਥ ਨੇ ਚੱਲਾਂ ਖੇਤ ਕਿਹਾ ਇੱਧਰੋਂ ਕੰਮ ਕੁੱਤੋਂ ਦੀ ਆ ਨਮੇੜ ਦੀ ਲੋੜ ਹੀ ਚੱਕ ਦੀ ਲਿਫਟ ਚੱਕ ਦੇ ਯਾਰ ਸੌਖੇ ਦੀ ਲਾਏ ਪਿਆ ਦੋ ਖੂੰਜੇ ਚੱਲਦੇ ਕਰੇ ਰੋਟੀ ਬਣਾਉਣਾ ਸੀ ਕੀ ਹੋ ਗਿਆ ਉਧਰੋਂ ਜੱਗਾ ਕਹਿੰਦਾ ਮੈਂ ਨੀ ਰੋਟੀ ਖਾਣੀ ਨਾ ਹੋ ਗਈ ਗਿਆ ਦੀਵਾਰ ਨੇ ਲੱਗਦੇ ਤਾਂ ਇੰਨੀ ਹੱਥ ਨੇ ਤਾਂ ਦੇਖ ਲਈ ਬਾਕੀਆਂ ਪਾਉਂਦੇ ਫਿਰਨਗੇ ਹੱਥ ਨੇ ਬਾਕੀਆਂ ਪਾਉਂਦੇ ਫਿਰਨਗੇ ਆ ਕਿਵੇਂ ਬਾਬਾ ਪੈਂਪਰ ਜਿਹਾ ਮਹਿੰਗਾ ਹੋ ਗਿਆ ਬਾਈ ਉੱਥੇ ਸੌਣ ਲੱਗੇ ਦੋਨੇ ਕੱਲੀਆਂ ਜੱਗਾ ਤਾਂ ਆਪ ਬਿਮਾਰ ਹੋਇਆ ਪਿਆ ਉਹਦਾ ਬੈਠਾ ਵਿਚਾਰਾ ਉਹਨਾਂ ਦਾ ਉਹਨੇ ਰੋਟੀ ਖਾਧੀ ਆ ਸੌਣ ਲੱਗੇ ਤਾਂ ਆਪ ਟਰਾਲੀਆਂ ਆ ਜ਼ੋਰ ਲਾਈ ਜਾਂਦਾ ਹੁਣ
ਤੇ ਮਗਰਾਟਾਂ ਦੇ ਵਹਿ ਵਹਿ ਲਾਦੜਦੇ ਆ। ਵਧੀਆ ਟਰਾਲੀ ਚੋਜ ਕਰਦੇ ਆ, ਚੋਜ ਤੇਰਾ ਯਾਰ ਉਤੋਂ ਮੋਢੇ ਨਾਲ ਮੋਢਾ ਜੋੜ ਖੜੇ ਯਾਰ।